Say again. Thank you, guys. ¿Cómo le voy a entrar? ¿Ahora? ¿El de salud? Ah, va a ser muy diferente. ¿Qué? ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਬਲੋਗ ਮਿੱਤਰੋ, ਅੱਜ ਦੇ ਦਿਨ ਦੀ ਰਾਤ ਬਲੋਗ ਦੀ ਸ਼ੁਰੂਆਤ ਕਰਦੀ ਆਪਾਂ ਮੋਟਰਸਾਈਕਲ 'ਤੇ ਜੀ। ਦੋਵੇਂ ਮਿੱਤਰੋ ਸਖਤੇ ਸਖਤੇ ਮਾਰੇ ਸਜਰੇ ਸਜਰੇ ਕੋਈ ਕੰਮ ਪੈ ਗਿਆ ਆਪਾਂ ਨੂੰ, ਅਤੇ ਆਪਾਂ ਮੈਂ ਤਾਂ ਰੀਤ ਗਏ ਸੀ ਅਤੇ ਗਏ ਥੋੜ੍ਹਾ ਦਫ਼ਤਰ ਗਏ ਵਗੈਰਾ, ਕੰਮ ਵੀ ਥੋੜ੍ਹਾ ਜਿਹਾ ਬੈਂਕ 'ਚ ਵੀ ਕੰਮ, ਬੈਂਕ ਵਾਲੇ ਖੁੱਲ੍ਹ ਨਹੀਂ ਲੇਟ ਆ, ਇਸ ਕਰਕੇ ਹਾਲੇ ਤਾਂ 9 ਵਜੇ ਆ, 10 ਵਜੇ ਬੈਂਕ ਖੁੱਲ੍ਹ ਕੇ ਬੈਂਕ 'ਚ ਵੀ ਜਾਣਾ, ਵਾਧਾ ਜਾਵਾਂਗੇ। ਮੈਨੂੰ ਪਤਾ ਪੈਸਾ ਪੂਸਾ ਕਿੱਥੇ ਆ, ਬਸ ਵੈਸੇ ਹੀ ਸਰੀਰ ਦਾ ਅਕਾਊਂਟ ਖੁਲਵਾਉਣਾ ਹੈ। ਹਾਂ ਚਲੋ ਖੁਲਵਾ ਦਈਏ ਅਤੇ ਕੀਤਾ ਖਾਤਾ ਖੁੱਸਾ ਖੁਲਵਾ ਦਈਏ। ਮੈਂ ਕਿਹਾ ਤੇਰੇ ਪੈਸੇ ਪੂਰੇ ਜਮ੍ਹਾਂ ਕਰਾਉਣਾ ਪੈਂਦਾ, 2-3 ਲੱਖ ਰੁਪਈਆ ਜ਼ਿਆਦਾ ਹੋ ਗਿਆ, 200-300 ਰੁਪਈਆ। ਉਹ ਮਿੱਤਰੋ ਹੁਣ ਆਪਾਂ ਜਾਂਦੇ ਪਏ ਘਰੇ ਅਤੇ ਘਰੇ ਤੁਹਾਨੂੰ ਪਤਾ ਅੱਜ ਗੱਡੀ 'ਤੇ ਆਏ ਨਹੀਂ, ਮੈਂ ਗੱਡੀ ਕੀ ਜਾਂਦੀ ਲੱਗ ਗਏ ਬੰਨੇ ਜਾਣ ਦੀ, ਮੋਟਰਸਾਈਕਲ ਵਾਧੂ ਆਪਣਾ। ਬਾਕੀ ਦੀ ਜਾਣਕਾਰੀ ਤੁਹਾਨੂੰ ਘਰੇ ਜਾ ਕੇ ਦਿੰਦੇ ਹਾਂ, ਕਹਿੰਦੀ ਸ਼ੋਰ ਬਹੁਤ ਆ, ਪਤਾ ਨਹੀਂ ਲੱਗਦਾ। ਲੈ ਭਾਈ ਕਹਿੰਦੇ ਸਵੇਰੇ ਸਵੇਰੇ ਕਹਿੰਦੇ ਨਾਲ ਚੌਲਾਂ ਦੇ ਨਾਲ ਸ਼ੁਰੂਆਤ ਕਰਤੀ ਆਪਾਂ, ਹੈ ਸਵਾਦ ਬਣੇ ਬਣੇ ਆ, ਸਵਾਦ ਬਣੇ ਆ ਅਤੇ ਨਾਲ ਅੰਬ ਦਾ ਚਾਹ ਅਤੇ ਨਾਲ ਦਹੀਂ, ਵਾਹ ਬੇਟਾ ਵਾਹ। ਲਓ ਵੀ ਮਿੱਤਰੋ ਸਵੇਰੇ ਸਵੇਰੇ ਨਾਸ਼ਤਾ ਹੋ ਰਿਹਾ ਹੈ, ਨਾਸ਼ਤਾ ਹੀ ਕਹਿੰਦੇ ਨਾ ਚੌਲਾਂ ਦਾ। ਲੈ ਵੀ ਫਿਰ ਮੈਂ ਜਾਣਾ ਪਟਵਾਰੀ ਵੱਲ ਮਾੜਾ ਆ, ਕੰਮ ਕੁੰਮ ਕਰਾਉਣ, ਮੈਂ ਪੈਲੀ ਪੁਲੀ ਨਾ ਕਰਾ ਲਈਏ, 3-4 ਕਿੱਲੇ ਕਿਹੜੇ ਨਹੀਂ ਲਏ। ਆ ਤੇਰੀ ਬਿੰਦੀ ਕਿੱਥੇ ਲੱਗੀ? ਉਹ ਮੈਂ ਰਾਤ ਲਾਈ ਸੌਣ ਲੱਗਾ। ਅੱਛਾ ਲਓ ਵੀ ਮਿੱਤਰੋ ਖਾਈਏ ਚੌਲ ਤੇ ਫਿਰ ਕਰਦੇ ਹਾਂ ਕੋਈ ਅੱਗੇ ਦੀ ਗੱਲਬਾਤ, ਫਿਰ ਦੇਖਦੇ ਹਾਂ ਬਲੌਗ ਕਿੱਧਰ ਨੂੰ ਜਾਂਦਾ ਅਤੇ ਕਿੱਧਰ ਨੂੰ ਲੈ ਕੇ ਜਾਂਦੇ ਹਾਂ, ਹਾਲੇ ਤਾਂ ਕੁਝ ਨਹੀਂ ਪਤਾ। ਜਿਵੇਂ ਜਿਵੇਂ ਕੁਝ ਕੁਝ ਕਰੀ ਜਾਵਾਂਗੇ ਉਵੇਂ ਉਵੇਂ ਤੁਹਾਨੂੰ ਦਿਖਾਈ ਜਾਵਾਂਗੇ, ਅਤੇ ਤੁਸੀਂ ਆਨੰਦ ਲਈ ਆਇਓ। ਜੇ ਆਨੰਦ ਆਈ ਜਾਊਗਾ ਤਾਂ ਮਾੜਾ ਮਾੜਾ ਕਮੈਂਟ ਕਰਕੇ ਦੱਸ ਦਿਆ ਕਰੋ, ਇੱਕ ਮਿੰਟ ਕਰਕੇ ਨਹੀਂ ਦੱਸਣਾ ਤਾਂ ਲਾਈਕ ਤਾਂ ਕਰਨਾ ਹੀ ਕਰਨਾ, ਫਿਰ ਜੇ ਲਾਈਕ ਵੀ ਨਹੀਂ ਕਰਨਾ ਫਿਰ ਸ਼ੇਅਰ ਕਰ ਦਿਆ ਕਰੋ, ਜੇ ਸ਼ੇਅਰ ਵੀ ਨਹੀਂ ਕਰਨਾ ਤਾਂ ਫਿਰ ਬਲੌਗ ਫਿਰ ਪੂਰਾ ਸਬਸਕ੍ਰਾਈਬ ਕਰ ਲਿਆ ਕਰੋ। ਹਾਂ ਕੁਝ ਨਾ ਕੁਝ ਕਰ ਲਿਆ ਕਰੋ, ਕੁਝ ਨਾ ਕੁਝ ਕਰ ਹੀ ਲਿਆ ਕਰੋ, ਜੇ ਵਧੀਆ ਲੱਗਾ ਤਾਂ ਹੀ ਕਰਿਆ ਕਰੋ, ਨਹੀਂ ਤਾਂ ਕੋਈ ਚੱਕਰ ਨਹੀਂ। ਅੰਬ ਦਾ ਚਾਰ ਕਿੱਦਾਂ ਵਲੇਟੀ ਜਾਂਦੀ ਹੈ। ਲਓ ਵੀ ਮਿੱਤਰੋ ਮਿਲਦੇ ਹਾਂ ਤੁਹਾਨੂੰ ਫਿਰ। ਲਓ ਵੀ ਮਿੱਤਰੋ ਕਹਿੰਦੇ ਕਿੱਥੇ ਆ ਗਏ ਮੁੰਡੇ? ਅੰਗਣਵਾੜੀ। ਠੀਕ ਆ ਜੀ। ਕਿੱਥੇ ਮਰੇ ਕੰਮ ਸੀ ਆਪਾਂ ਨੂੰ? ਕਿਹੜਾ ਕੰਮ? ਪਤਾ ਨਹੀਂ, ਦੱਸਣਾ ਨਹੀਂ ਕਿਹਾ, ਦੱਸਣਾ। ਲਓ ਮਿੱਤਰੋ ਚੈੱਕ ਕਰੋ ਪਿੰਡ ਦਾ ਵਿਊ ਵਿਊ ਵਿਊ। ਈ ਕਹਿੰਦੇ ਕੀ ਹੋ ਰਿਹਾ ਹੈ, ਕੀ ਹੋ ਰਿਹਾ ਹੈ, ਕੀ ਬਣਾਉਣੇ ਜਾ ਰਹੇ ਹੋ? ਇਹ ਕੀ ਆ? ਅੱਜ ਕੁਛ ਮੈਂ ਕੁਝ ਬਣਾਉਣ ਲੱਗੀ ਹਾਂ, ਤੁਸੀਂ ਬੋਲਿਓ ਨਾ। ਕੀ ਬਣਾਉਣ ਲੱਗੀ ਆ? ਬਸ ਥੋੜਾ ਜਿਹਾ ਆਪਾਂ ਤੇਲ ਐਡ ਕਰਦਾ ਵਿੱਚ, ਨਹੀਂ ਇਹ ਹੈ ਕਿ ਮੈਦਾ, ਜਵੈਣ ਵੀ ਪਈ। ਹਾਂਜੀ ਮੈਦਾ, ਮੈਦਾ ਤੇ ਕੀ ਬਣਾਉਂਦੀ ਆ? ਦੱਸੂਗਾ, ਬਣਾ ਤਾਂ ਲੈਂਦੋ। ਤੇਲ ਵੀ ਪਾਉਣਾ ਵਿੱਚ? ਪਾਤਾ ਵਾ, ਤੇਲ ਚ ਬਣੂਗਾ, ਮੈਂ ਤਾਂ ਤੇਲ ਪਹਿਲਾਂ ਕੱਢ ਕੇ ਰੱਖ। ਅੱਛਾ ਲੈ ਵੀ ਮਿੱਤਰਾ ਦੀ ਖਲਾਰਾ ਬਹੁਤ ਪਿਆ ਕਰਿਆ ਹੈ ਨਾ। ਕੀ ਬਣਾਉਣ ਦੀ ਦੱਸਦੇ ਮੈਨੂੰ, ਮੈਂ ਤੇਰਾ ਕੀ? ਮਟਰੀ। ਅੱਛਾ ਮਟਰ ਬਣਾਏਂਗੀ। ਅੱਛਾ ਕਰ ਲਓ ਵੀ ਮਿੱਤਰੋ, ਗੱਲ ਇੱਦਾਂ ਵਾ ਕਿ ਰੀਤ ਦਈ ਹੈ ਬਣਾਉਣ ਮਟਰ, ਮਟਰ ਤੇ ਮੈਂ ਦੇਖਦਾ ਜਾ ਕੇ ਕਿੱਦਾਂ ਦੇ ਬਣਾਉਣ ਦੀ ਆ। ਨਹੀਂ ਮੈਂ ਤਾਂ, ਮੈਨੂੰ ਲੱਗਦਾ ਨਹੀਂ ਕੰਮ ਕਰਤਾ ਉਹਦਾ। ਮਾਤਾ ਦੇ ਕਰਨਾਟਕਾ ਦੇ ਦੁਆਲੇ ਲੱਗੀ ਰਹਿੰਦੀ ਹੋਊਗੀ, ਇਹ ਵੀ ਦੇਖਣ ਦੀ ਜਦੋਂ ਥੋੜ੍ਹੀ ਜਿਹੀ ਘੱਟਦੀ ਹੈ ਬਸ, ਇਹ ਰਿਮੋਟ ਨਹੀਂ ਕੰਮ ਕਰਨ ਡਿਆ ਤਾਂ। ਆ ਬੋਲਿੰਗ ਇਹ ਤਾਂ ਹੁੰਦੀ ਨਹੀਂ, ਛੱਡ ਰਿਮੋਟ ਤਾਂ ਖਰਾਬ ਹੋ ਗਿਆ ਨਾ। ਆਟਾ ਸਸਤਾ ਮੈਦਾ ਪਾ ਕੇ ਗੁੰਨਣਾ ਨਾ।
ਚਲ ਨਿਆਣੀ ਦੱਸਣਾ ਪੈਂਦਾ ਪਰ ਨਹੀਂ ਉਦੋਂ ਵੀ ਮੈਂ ਨੋਰਮਲ ਜਿਹੀ ਸੀ ਜਾ ਵੀ ਮਿੱਤਰੋ ਕੁੜੀ ਨੇ ਮੈਦਾ ਗੁਣਿਆ ਪਰ ਥੋੜਾ ਪਤਲਾ ਕਰਤਾ ਮੈਂ ਪਤਲਾ ਨਹੀਂ ਜਿਹੜੀ ਚੀਜ਼ ਬਣਾਉਣੀ ਉਹਦੇ ਵਿੱਚ ਕਹਿੰਦੇ ਆ ਕਾੜਾ ਚਾਹੀਦਾ ਰੀਤੇ ਮੈਂ ਤਾਂ ਕਹਿੰਦਾ ਉਹਨੂੰ ਛੱਤ ਪੂਰੀਆਂ ਬਣਾ ਲੈਣੇ ਆ ਤੇ ਨਹੀਂ ਆਪਣੇ ਸਵਾਦ ਕਿਉਂ ਲਈ ਜਾਂਦੇ ਤੇ ਮਛਲੀ ਖਾਣੀ ਮਛਲੀ ਕੁੜੀ ਨੇ ਚੱਲ ਗੁੰਨ ਹੋਣਾ ਇੱਕ ਰਨ ਪਾਣੀ ਦਿਓ ਪਾਣੀ ਵੀ ਕਰ ਗੋਲੇ ਚ ਮਾੜਾ ਜਿਹਾ ਦੇਵੋ लो मैडम थैंक यू सो मच हो गया ना चंगी तरह मुक्की रहे ऐसे ऐसा कुछ नहीं कर मैं कुछ ना क्या हो रहा है मटरी मटरी नब्बे मत हम मैं तेरी कटिंग होगी पर वो जी गल नहीं बनी रही तेरा देख ले इधर अपना तेल गर्म हो रहा थोड़ा चाहिए मुलायम ज्यादा हो गया सख्त जहा चाहिए थोड़ा जा है ना ਜਿਹੜੀ ਬਣਾਤੀ ਜਿਆਦਾ ਬਣਾ ਦੇਣਾ ਜਿਆਦਾ ਪਾਣੀ ਜੇ ਨਾ ਬਣੀ ਆਪਾਂ ਪਟੂਰੀਆਂ ਕੱਢਾਂਗੇ ਹਾਂ ਇਹ ਪਹਿਲੇ ਇੱਕ ਰੀ ਬਣਾ ਕੇ ਦੇਖ ਲੈਣਾ ਟਾਈਮ ਪਟੂਰੀ ਨਹੀਂ ਤਾਂ ਪੂੜੀਆਂ ਕਹਿੰਦੇ ਨਹੀਂ ਉਹਨੇ ਬਤਬ ਬਥੇਰਾ ਕੁਝ ਕਹਿੰਦੇ ਫਿਰ ਅੱਧਾ ਭਾਂਡੇ ਚ ਕੁਲਚੇ ਕਹਿੰਦੇ ਕੁਲਚੇ ਛੋਲੇ ਹਾਂ ਲੈ ਮਿੱਤਰਾ ਇਹ ਜਿਆਦਾ ਕਰਦੀ ਹੋਈ ਜੀ ਆਂਗੇ ਲੈ ਭਾਈ ਅੱਜ ਮਟਰੀ ਮਟਰੀ ਹੋਊਗੀ ਚਲੋ ਆਪਾਂ ਤਾਂ ਨਾ ਹੁਣ ਆਪਾਂ ਜੇ ਜੇ ਪਾਉਂਦੇ ਨਹੀਂ ਪਰ ਗੱਲ ਜੀ ਨਹੀਂ ਬੰਦੀ ਰੁਕ ਜਾ ਲਿਆ ਮੈਂ ਕਰਾਂ ਹਾਂ ਇਹ ਤਾਂ ਤੇਰਾ ਤੇ ਨੇ ਕੀ ਕਰ ਲੈਣਾ ਸੀ ਬਸ ਕਰ ਜਵਾਬ ਕਰੀਆਂ ਫਿਰ ਇੱਕ ਪਾ ਕੇ ਦੇਖਾਂ ਤੇਲ ਗਰਮ ਹੋ ਗਿਆ ਹੋ ਜਾਂਦਾ ਉਹ ਚੱਕ ਜੀ ਮਾਰ ਲੈਣਾ ਅੱਛਾ ਲੋ ਬਈ ਅੱਜ ਫਿਰ ਮਟਰੀ ਅੱਜ ਕਾਂ ਬੜਾ ਬੋਲਣਾ ਆਉਣਾ ਕਿੰਨੇ ਮੈਨੂੰ ਲੱਗਦਾ ਕੋਈ ਆਊਗਾ ਕਿਸੇ ਨਹੀਂ ਅਲੋ ਫੜਾ ਅੱਜ ਤੂੰ ਉਹ ਮੈਨੂੰ ਮੈਂ ਤਾਈਓ ਮੈਂ ਸੋਚਿੰਦਾ ਕਿ ਲੈ ਹਨੇਰਾ ਨੇ ਕਰਿਆ ਉਹ ਕਮਰੇ ਦੀ ਲਾਈਟ ਬੰਦ ਹਾਂ ਹੁਣ ਕੋਈ ਆ ਗਿਆ ਦੇਖਿਆ ਮੈਂ ਥੋੜਾ ਹਾਂਜੀ ਉਹ ਤਾਂ ਮੈਂ ਦੇਖਦਾ ਨਹੀਂ ਨਾ ਹਨੇਰੇ ਦੀ ਚਲੋ ਵੀ ਇਹ ਤਾਂ ਕਟਿੰਗ ਹੋ ਚੁੱਕੀ ਆ ਛੇਤੀ ਬਣਾ ਖਾਈਏ ਹੁਣ ਤਾਂ ਮੈਂ ਖਾਣ ਪੀਣਾ ਦੇ ਜੇ ਜਿੱਤ ਲਾਵਾ ਹੋਰ ਕੋਈ ਹੈ ਦੀ ਕੰਮ ਤੈਨੂੰ ਕੱਲ ਕੰਮ ਦਿਖਾਵਾਂਗੇ ਆ ਵੀ ਚਲਾ ਤਾਂ ਪਾਣੀ ਵਾਲੀ ਹੋਣੀ ਹੈ ਨਾ ਹਲੇ ਨਾ ਲੈ ਪਾਣੀ ਵਾਲੀ ਨਹੀਂ ਸੁੱਕੀ ਹੈ ਵਹੇ ਚੱਲ ਵੀ ਇੱਥੇ ਤਾਂ ਆਪਾਂ ਚੱਕ ਕੇ ਪਾਵਾਂਗੇ ਰੁਕ ਜਾ ਹਲੇ ਰੁਕ ਜਾ ਤੂੰ ਪਹਿਲਾਂ ਤੋੜੀ ਜਾਂਦੀ ਮਟਰੀ ਖਾ ਲੈ ਲੈ ਇੱਕ ਪਾ ਕੇ ਦੇਖੀ ਤੇਲ ਛੱਡ ਲਿਆ ਮੈਂ ਪਾ ਲਈ ਚੱਲ ਤੇਲ ਸਾਲਾ ਨੀੜਿਆ ਹਾਂ ਧਿਆਨ ਨਾਲ ਮੈਂ ਕਹਿੰਦਾ ਵਿੱਚ ਆਪਾਂ ਨਾ ਤੇਲ ਕੱਚਾ ਵਾ ਹਲੇ ਤੇਲ ਨੂੰ ਚੰਗੀ ਤਰ੍ਹਾਂ ਭੁੰਨ ਲਓ ਫਿਰ ਪਾਉਂਦੇ ਇਹ ਦੇਖੀ ਤੇ ਨਹੀਂ ਚੱਕ ਕਰਕੇ ਉਹ ਯਾ ਤੇ ਤਾਂ ਬਣ ਗਿਆ ਇਹ ਵਿੰਗੀ ਕਰਤੀ ਵਿੰਗੇ ਤੇ ਡਿੰਗ ਨਹੀਂ ਉੱਥੇ ਪਰ ਦੁਕਾਨ ਦਾ ਸਵਾਦ ਦੁਕਾਨ ਤਾਂ ਹੀ ਹੁੰਦਾ ਆਪਾਂ ਕਰ ਲੂਣ ਮਿਰਚ ਪਾਇਆ ਕਿ ਕੱਲਾ ਨੂੰ ਪਾਈ ਦੰਦ ਨਾ ਕਿ ਮਰਚਾਂ ਪਾਲੀ ਦਾ ਨੰਬਰ ਜਵੈਨ ਤੇ ਮਿਰਚ ਪਾਈ ਮੈਂ ਜਵੈਨ ਤੇ ਨੂੰ ਤੇਲ ਇਹਨੂੰ ਹੋ ਲੈਣ ਦੋ ਹਲੇ ਤੇਲ ਨਹੀਂ ਚੰਗੀ ਤਰ੍ਹਾਂ ਹੋ ਲੈਣ ਫੇਰ ਹੋਊਗਾ ਉਹ 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 ਨਾ ਨਾ ਪੁੱਤ ਜੀ ਨਾ ਨਾ ਕੁਝ ਨਹੀਂ ਅਰੇ ਖਲਾਰਾ ਯਾਦ ਨਹੀਂ ਰਸੋਈ ਕਬਨ ਚੈੱਕ ਕਰਕੇ ਦੇਖਣ ਦੇ ਬਈ ਪਹਿਲਾਂ ਕਿੱਦਾਂ ਦੀ ਬਣੂਗੀ ਜੇ ਨਾ ਬਣੀ ਤਾਂ ਫਿਰ ਤਾਂ ਗਾਇਸ ਪੂੜੀਆਂ ਨਹੀਂ ਗਾਇਸ ਆਪਨੇ ਤਾਂ ਮਟਰੀ ਖਾਈ ਨਹੀਂ ਹੋਗੀ ਨਾ ਜੀ ਹਮਨੇ ਤਾਂ ਖਾਈ ਨਹੀਂ ਹੈ ਮਟਰੀ ਤਾਂ ਸਿਰਫ ਆਪ ਹੀ ਖਾਤੇ ਹੋ ਇਹ ਤਾਂ ਸਿੱਧੀ ਸਿੱਧੀ ਰੱਖੀ ਹੁਣ ਤੂੰ ਅੱਗੇ ਖਰਾਬ ਖਾਓ ਖਰਾਬ ਕਰਦਾ ਬਾ ਹੋ ਗਈ ਨਾ ਕੱਢਿਓ ਕੱਢ ਲੈ ਕੱਢ ਰੋਜਾ ਥੋੜੀ ਛਾੜ ਦੇ ਜੀ ਕੱਢ ਲਓ ਲਾਲ ਲਾਲ ਜੀ ਹੋ ਲੈਂਦੇ ਨਾ ਕੱਢ ਦੋ ਅੱਤੇ ਠੰਡੀ ਹੋ ਚਾ ਤੂੰ ਰੱਖ ਸਿੱਧੀ ਸਿੱਧੀ ਰੱਖ ਤੂੰ ਹੀ ਮੇਰੇ ਕੋਲ ਲਈ ਜਾ ਮੈਂ ਥੋੜਾ ਲਾ ਉੱਥੇ ਅਖਬਾਰ ਰੱਖ ਲੈਣੀ ਦਿੱਤੀ
ਇਹਦੇ ਰੱਖ ਦੂੰ ਚਾਰ ਤੇ ਰੱਖੇ ਜਾਏ ਉਹਨੂੰ ਪਹਿਲੇ ਆਪਾਂ ਤੇਲ ਦੇ ਡੋਲਣ ਦੇ ਫਿਰ ਅਵੇ ਹੁਣ 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 ਬਣੀ ਨਾ ਗੱਲ ਸਿੱਧੇ ਸਿੱਧੇ ਕਰ ਦੇ ਹਾਂ ਚੱਕ ਕਰ ਦੇ ਜਾਈ ਸਮੇਂ ਕਿਉਂ ਕਰਦਾ ਨਹੀਂ ਤੁਹਾਨੂੰ ਨਹੀਂ ਆਈ ਕੋਈ ਪਰਸਨਲ ਗੱਲ ਨਹੀਂ ਪਤਾ ਇਹ ਮੈਂ ਸਿਰਫ ਚਾਰਾ ਖਾਣ ਨੂੰ ਕਿ ਦਿੱਤੀ ਹਾਂ ਹਾਂ ਪਰ ਉਹ ਜੋ ਵੀ ਬਣੂਗਾ ਮੈਂ ਤਾਂ ਸੋਸ ਨਾਲ ਖਾ ਲੈਣਾ ਛੇਤੀ ਕਰ ਤੇਲ ਗਰਮ ਹੋ ਰਹੀ ਤੇ ਗੈਸ ਘੱਟ ਕਰ ਦੇ नमक घट ਲੋ ਵੀ ਅੱਜ ਹਲਵਾਈ ਸਾਹਿਬ ਦੇ ਨੇ ਮਟਰੀਆਂ ਬਣਾਉਣ ਨਹੀਂ ਸਵਾਦ ਘਰੇ ਲਾਉਂਦੇ ਰਹਿੰਦੇ ਬਈ ਜਿਹਨਾਂ ਕੋਲ ਨਾ ਪੈਸੇ ਹੋਣ ਉਹ ਘਰੇ ਲਾ ਸਕਦੇ ਹਾਂ ਨਾਲੇ ਆਪਣਾ ਖਰਚਾ ਬਚੂ ਨਾਲੇ ਤਾਂ ਬਾਹਰਲਾ ਖਾਣਾ ਤਾਂ ਵੈਸੇ ਵੀ ਨਹੀਂ ਖਾਣਾ ਚਾਹੀਦਾ ਘਰੇ ਆਪਣਾ ਫਰੈਸ਼ ਤੇਲ ਆ ਕਰ ਦੋ ਆ ਜਾ ਮੇਰੀ ਦਾਲ ਹੈ ਸੱਜੇ ਉਹ ਖਵਾਰ ਫੜਾ ਦੂੰ ਮੈਨੂੰ ਉਹੀ ਕਹਿੰਦਾ ਖਵਾਰ ਚ ਲਓ ਹੁਣ ਬਣੀ ਨਾ ਗੱਲ ਮਟਰਾਂ ਦੀ ਹੁਣ ਇੱਕ ਇੱਕ ਕਰਕੇ ਇਹਨਾਂ ਨੂੰ ਹੁਣ ਆਪਾਂ ਟੱਕ ਕੇ ਰੱਖ ਦੇਣਾ ਹਾਂ ਥੋੜਾ ਜਿਹਾ ਟੱਕ ਕੇ ਰੱਖਾਂਗੇ ਨਾ ਫੇਰ ਖਾਵਾਂਗੇ ਫੇਰ ਦੇਖਿਆ ਨਹੀਂ ਕੜਕ ਹੋ ਜਾਣਾ ਤੇਲ ਗਰਮ ਆ ਜਲਦੀ ਜਲਦੀ ਕਰਨਾ ਉਹ ਫੇਰ ਥੱਲੇ ਚਿਪਕ ਗਏ ਨਾ सड़ना जावे मैं दूजियां ਆਹ ਤਾਂ ਹੋ ਗਿਆ ਲਾਲ ਲਓ ਕਿਵੇਂ ਇੱਧਰੋਂ ਹਾਂ ਵੀ ਇੱਥੇ ਕੋਈ ਗੱਲਬਾਤ ਸੁਣਾ ਦੇ ਕੀ ਗੱਲਬਾਤ ਸੁਣਾਵਾਂ ਵੀ ਬਿਜੀ ਹੋ ਗਏ ਬਿਜੀ ਹੋ ਕਿਆ ਅਭੀ ਦੂਸਰੇ ਵੇਲੇ ਕੀ ਤਿਆਰੀ ਹੋ ਗਈ ਲਓ ਕਿਵੇਂ ਇੱਧਰੋਂ चीजा ना ना एक घर दिया बना के खा लिया करो वो बंदा वधिया रहता क्योंकि ना ज्यादा ऑयल ना ज्यादा तेल तूल होंगे बिच ना ज्यादा मसाले वगैरह होंगे ये तो सही बात है वैसे मैं रीत नहीं खा देने ज्यादा क्योंकि तली चीज इन मना वा ये खाने तो मैं अपने हाथ ही बना दिया पहली गल तो मैं ये दसा सवेरे सवेरे चाह मैनू ना चंगी जी नहीं लगती चंगी मैनू नहीं लगती गल तो सच्ची आ ना तो मेरा ये खानी ने आप ही मैं तो एवं गरीब हूँ तो तू अपने हाथ ही डेंगे नहीं नहीं चलो मित्रों बाकी की रेसिपी तू बना बनू के दसते हैं कुड़ी कहते नाल दिया नाल मठियां भी कहती खानिया वा देख लो भी मैं चलो मठियां भी बना लें दही रह गया लगे हाथों दही लगे हाथों जो भी कहते ये पूड़ियां वांगू खाते नहीं दिते मठियां देख ही दिया खाना नहीं बस खाना तो सब तो फल मीठा रखोगे तो देखेंगे मठियां बनी ਮੇਰਾ ਡਰ ਸੜਨਾ ਜਾਵੇ ਨਹੀਂ ਸੜਦੀਆਂ ਨੀਚੇ ਉਹ ਫਲੇਮ ਕੱਟ ਕੱਟ ਕਰ ਦੋ
ਖਿੱਚ ਖਿੱਚ ਕੇ ਲੰਬਾ ਕਰ ਦੇਣ। ਉਹ ਮਿੱਤਰੋ ਮਟਰ ਤਿਆਰ ਹੈ, ਦੇਖ ਸਕਦੇ ਹੋ ਇੱਧਰ ਆਪਣੀਆਂ ਮੱਠੀਆਂ ਤਿਆਰ ਹੋਣਗੀਆਂ ਨੇ। ਲਓ ਮਿੱਤਰੋ ਆਹ ਤੇਲ ਦੇ ਛਿੱਟੇ 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 ਹੋ ਗਏ ਵੇ। ਵਧੀਆ ਆਪਾਂ ਪੂੜੀਆਂ ਹੀ ਬਣਾਉਣ ਲੱਗੇ ਘਰੇ ਯਾਰ, ਪਰ ਆਪਣੇ ਕੋਲ ਸੂਤਰ ਜਿਹਾ ਨਹੀਂ ਲੱਗਣ ਡਿਆ। ਮੈਂ ਚਲੋ ਬਸ ਕੱਢ ਦੋ ਕੱਢ ਦਾਂ, ਰੜ ਗਈ ਹੈ ਨਾ ਇਹ ਮੈਦੇ ਦੇ ਆ, ਮੈਦੇ ਦੇ ਵਾਈਟ ਵਾਈਟ ਹੀ ਨਿਕਲ ਜਾਂਦੀਆਂ। ਅੱਛਾ ਆਟੇ ਦੀਆਂ ਕੇ ਹੁੰਦੀ ਆ, ਆਟੇ ਦੀਆਂ ਨਿਕਲ ਜਾਂਦੀਆਂ ਇਹ ਜ਼ਿਆਦਾ ਹੀ ਪਾ ਕਰਤਾ ਕੰਮ ਉਹੀ। ਚੱਲ ਕੋਈ ਨਹੀਂ ਜਾ ਮੰਮੀ ਨੂੰ ਬੁਲਾ ਲਿਓ। ਬੜਿਓ ਮਾਮ ਇਹ ਲੜਕੀ ਹੈ, ਕੁਝ ਨਹੀਂ ਹੋ ਰਿਹਾ, ਜਲਦੀ ਆਓ ਨਾ। ਦੇਖ ਲਓ ਪੂਰੀ ਇਹਦੀ ਪਹਿਲੀ ਦੇਖ ਲਓ ਪੂਰੀ ਕਿੱਦਾਂ ਦੀ ਪਾ। ਮੇਰਾ ਤੇਲ ਤੇਲ ਹੀ ਆ ਮੈਨੂੰ ਲੱਗਦਾ ਵਿੱਚ। ਗਾਈਸ ਆਉਂਦੀ ਨਾ ਆਵਾਜ਼ ਜਗਦੀ ਤੇ ਦਖਾਂਦੀ ਨਾ। ਸਹੀ ਗੱਲ, ਉਹਦੀ ਖਾਣੀ ਵੀ ਇੱਦਾਂ ਦੀ ਤੁਸੀਂ ਕਿੱਦਾਂ ਖਾਂਦੀ ਮੈਂ ਤੈਨੂੰ ਦੱਸਦਾ। ਤੂੰ ਕਿੱਦਾਂ ਫੜਿਆ ਮੈਂ ਇੱਦਾਂ ਸਬਜ਼ੀ ਇੱਦਾਂ ਮੈਨੂੰ ਥਾਂਗ ਨਹੀਂ ਲਾਉਣੀ ਚਾਹੀਦੀ ਕਦੀ। ਉਹ ਲਾਇਓ ਜਦੋਂ ਕੁੱਕਰ ਚੱਕ ਕੇ ਫੜਾ। ਇੱਧਰੋਂ ਹੁਣ ਆਪਣੀ ਮੰਮੀ ਰਹੀ ਆ ਬਣਾਉਣ, ਅਤੇ ਕਮੈਂਟ ਕਰਕੇ ਦੱਸਿਓ ਰੀਤ ਦੀ ਪੂਣੀ ਸਹੀ ਆ ਅਤੇ ਮੰਮੀ ਦੀ ਸਿੱਖ ਲੈ ਮੰਮੀ ਤੋਂ। ਪੂਰਾ ਫਿਰ ਇਕੱਠਾ ਹੋ ਜਾਂਦਾ ਨਾ ਕਿੰਨਾ ਵੇਲੇ। ਚੱਲ ਭਾਈ ਕੁੜੀ ਜਾਊਗੀ ਚੱਕੋ ਹੁਣ ਇਹਨੂੰ ਥੱਲਣਾ ਹੈ ਮਿੱਤਰੋ। ਮੰਮੀ ਦੀ ਪੂੜੀ ਉਹਦੇ ਰੀਤ ਦੀ ਪੂੜੀ ਵਾਂਗੂ ਹੀ ਹੋ ਗਈ ਹੈ ਟੇਢੀ ਜੀ। ਕੌਣ ਜਗਰੂ ਬਾਜ ਲਓ ਵੀ ਮਿੱਤਰੋ ਕੰਮ ਪੂੜੀਓ ਪੂੜੀ ਹੋਇਆ ਵੇ, ਪੂੜੀਓ ਪੂੜੀ ਇਹ ਆ ਮੰਮੀ ਦੀ ਪੂੜੀ ਤੇ ਚੈੱਕ ਕਰ ਸਕਦੇ ਹੋ ਤੁਸੀਂ ਚਾਕੂ ਵੀ ਇੱਕ ਹੋਰ ਉਹ ਇੱਦਾਂ ਤਾਂ ਕਰਦੇ ਹੁੰਦੇ ਕਦੋਂ ਬਣਾਉਂਦੇ ਹੋ ਕੰਮ ਕਹਿੰਦੇ ਪੂੜੀ ਓ ਪੂੜੀ ਹੋਇਆ ਪਿਆ ਅੱਜ। ਹਾਂਜੀ ਕੀ ਹੋ ਰਿਹਾ? ਮੈਂ ਆਪਣੇ ਆਪ ਹੀ ਥਰੈਡਿੰਗ ਕਰਨ ਡਿਆ। ਅੱਛਾ ਸਿੱਖ ਲਈ? ਹਾਂ ਆ ਗਈ ਤੇ ਮੈਂ ਪ੍ਰੈਕਟਿਸ ਕਰਦਾ ਰਹਿਣਾ ਆਪਦੀ। ਅੱਛਾ ਜੀ ਚਲੋ ਵਧੀਆ, ਫਿਰ ਪਾਰਲਰ ਦਾ ਖਰਚਾ ਬਚੂਗਾ ਤੇ। ਸਹੀ ਗੱਲ ਆ, ਦੇਖੋ ਕਰ ਲਿਆ ਨਾ ਚਾਹ। ਕੱਲ ਨਾ ਮੈਂ ਕਰਾ ਕੇ ਆਈ ਸੀ, ਉਹਨਾਂ ਨੇ ਛੱਡਤੇ ਸੀ ਵਾਲ ਤੇ ਉਹ ਮੈਂ ਆਪੇ ਕਸਰ ਪੂਰੀ ਕਰ ਲਈ। ਵੜਾਣ ਵਾਲੀ ਵੜਾਣ ਤੁਹਾਡੇ ਵਗੈਰਾ ਨਾ ਜੀ ਕਰਾ ਲਓ ਨਾ ਜੀ ਤਾਂ ਕਰਾ ਲਿਆ ਕਰੋ ਨਾ ਜੀ ਕਰੋ ਤੁਸੀਂ ਕੋਈ ਨਹੀਂ, ਅਸੀਂ ਆਪਾਂ ਇੱਦਾਂ ਹੀ ਠੀਕ ਹਾਂ ਬਈ। ਚਲੋ ਤੇਲ ਕੰਮ ਹੋ ਗਿਆ ਲੱਭੇ ਮਿੱਤਰਾ, ਇੱਧਰੋਂ ਕੰਮ ਸਾਗੋ ਸਾਗ ਹੋਇਆ ਪਿਆ ਹੈ ਮਾਤੇ। ਸਾਗ ਪਾਣੀ ਚੱਲ ਰਿਹਾ
साग चलदा साढ़े घरे साग चलदा ते सवेरे बनाई है माते फिर करेला हो गया मित्रो साड़ी मम्मी बना रही है साग किन्ने खाना खा सकदा बाल्टी भर दी साग दी आखरी हरी साग ना नहीं लगा बाल्टी भर जो गन लगा वाह किन्ना के है चल बात है पार्क ते पई विच मैं जी ना रंग लाउने बेसी माते बेसी ले भाई कम सागो सागो है पे सागो साग चक्को परौठा ले भाई कहंदे मुंडे कितने नु तुर पिया अखा दांदे मच्छर पैन दिया तुरना कितने नु है मौसम ने जादे पया ओ मैं वाल वूल कटाई है माड़े मोटे तेरे वांडा दिख रहा है को कितने आना फिर वाल वूल कटा लिए दसांगे सवेरे ही तू भी नाल जाना टेंशन ना ले दारू पीन वाल ला शामा पै चुके सोच पक्खों क्या जाना सच पक्खों क्या हाँ उधर भी जरूरी आ कहते ढिलो फरीद के पिंड जाना कल ढिलो फरीद के पर अपनी रिश्तेदारी है ढिलो हाल जाना आप ढिलो फरीद के पिंड आप थोड़ा जहाँ अपन है वा आने वे देखा ट्राई मार के जो होया मेला वागे यार है गड्डी ही आकाश ढिलो आ गया सॉरी आकाश संधु आ गया ढिलो बिच आ गया ढिलो के ब्लॉग देखता रहना ढिलो का ना चढ़ गया मुंह लो मित्रो वाल वुल कटा के आया मैं चलो रहना तो मैं उदा दी हाँ जट फिर सोना तेन पता कि हम कुड़ी सोहनी नहीं जट सोहनी ना नहीं ये तो हो गया साग ये का दी आलू चने दही चने मैं मसाला कटिया आलू मसाला अच्छा लो मित्रो कहते क्या बात हुई पे क्या बात खाना लगी हुने लो मित्रों रोटी रोटी खा के मिलते हैं ते मैडम कली कली खाली लग गई खान भूख लगी है ठीक है ओ मित्रो कहते कम सागो साग हो सागो साग चको खाने दसते हैं फिर मित्रो लई ब्लॉग की एंडिंग आप इतने ही करते हैं ਤੁਹਾਨੂੰ ਮਿਲਦੇ ਹਾਂ ਬਾਈ ਮਿੱਤਰੋ ਨੈਕਸਟ ਵਲੌਗ 'ਚ ਜੇ ਵਲੌਗ ਵਧੀਆ ਲੱਗਿਆ ਹੋਇਆ ਤਾਂ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਚੈਨਲ ਤੁਸੀਂ ਜ਼ਰੂਰ ਕਰਿਓ ਅਤੇ ਪਿਆਰ ਤਾਂ ਤੁਸੀਂ ਦਿੰਦੇ ਹੀ ਦਿੰਦੇ ਹੋ ਜਿਹੜੇ ਮੇਰੇ ਨਵੇਂ ਭਰਾ ਵਾਲੀ ਮਿੱਤਰ ਬੋਲਿਆ ਮੈਂ ਬੋਲਾਂ ਲਓ ਮਿੱਤਰੋ ਮਿਲਦੇ ਹਾਂ ਤੁਹਾਨੂੰ ਨਵੇਂ ਵਲੌਗ ਦੇ ਨਾਲ ਤੇ ਇਸ ਬਲੌਗ ਨੂੰ ਲਾਈਕ ਕਮੈਂਟ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿਹਦਾ ਲੱਗਿਆ ਲੈ ਜਾਣ ਮੇਰੀ ਜੇ ਤੁਸੀਂ ਪਿਆਰ ਦੋਗੇ ਤਾਂ ਆਪਾਂ ਬਲੌਗ ਬਣਾਉਂਦੇ ਆ ਠੀਕ ਆ ਤੇ ਅਗਲਾ ਬਲੌਗ ਪਿਆਰ ਦਿੰਦੇ ਰਹਿਆ ਕਰੋ ਆਪਾਂ ਇਹਦੇ ਨਵੇਂ ਨਵੇਂ ਬਲੌਗ ਲੈ ਕੇ ਅਗਲਾ ਬਲੌਗ ਬਾਈ ਤੁਹਾਡੇ ਲਈ ਖਾਸ ਹੋਣ ਲੱਗਾ ਮਾਰਨਿੰਗ ਟਾਈਮ ਦਾ ਬਲੌਗ ਸੱਜਣਾ ਮਿੱਤਰਾ ਦੱਸ ਦੇ ਤੁਹਾਨੂੰ ਵੀ ਘੁਮਾ ਕੇ ਲੈਣੇ ਆ ਜਾਜੀ ਤੁਹਾਨੂੰ ਵੀ ਇੰਗਲੈਂਡ ਯੂਕੇ ਦੀ ਅਮਰੀਕਾ ਦੀ ਸੈਰ ਕਰਾ ਕੇ ਆਈਏ ਜਿੱਦਾਂ ਅਸੀਂ ਕਰਨ ਜਾਣੀ ਆ ਪਰ ਬਸ ਸੈਰ ਕਰ ਸਕਦੇ ਹਾਂ ਬੈਗ ਬੁਗ ਨਾ ਲੈ ਕੇ ਆ ਜਾਏ ਨਾਲ ਦੋ ਮਿੱਤਰੋ ਮਿਲਦੇ ਨਾਲ ਉਹ ਤਾਂ ਸਵੇਰੇ ਦੱਸਾਂਗੇ ਲਓ ਓਕੇ ਮਿੱਤਰੋ ਕੀ ਪਤਾ ਜਾਣਾ ਨਹੀਂ ਜਾਣਾ ਪਲੈਨ ਜਾਣਾ ਜਾਣਾ ਇਸ ਤੋਂ ਮਿੱਤਰੋ ਮਿਲਦੇ ਤੁਹਾਨੂੰ ਨੈਕਸਟ ਵਲੌਗ 'ਚ ਰੱਬ ਰੱਖਾ ਸਾਰਿਆਂ ਦਾ